देख रहे हो द समर न्यूज़ ते मैं हाँ मोहित तलवार। तो अज तुहाडे नाल तस्वीर साझी करन जा रहे हैं अमृतसर नवजोत सिंह सिद्धू रिहायश के बाहर अज धरना लग्या होया। तो धरना कादा वै वह भी जरूर दिखावांगे। तो सब तो पहले तुहाडे नाल तस्वीर साझिया करते हैं कि अमृतसर नवजोत सिंह सिद्धू की होली सिटी रिहायश के बाहर घर का घेराव किया गया वै। तो पुलिस वालों बैरीकेडिंग भी जरूर की गई है कि इन्हों रोकया जाए, पर तुसीं देख सकते हो कि हत्थां विच काले झंडे ने स्लोगन ने। तो इन्हों गल करा कि इन्हों की मंगा ने ते क्यों अज इतने धरना लगा के बैठे हुए ने। पर एक बार तस्वीर साझी करते हैं कि पंजाब कांग्रेस के नवे प्रधान नवजोत सिंह सिद्धू के घर का अज घेराव किया गया वै। तो क्योंकि पंजाब कांग्रेस प्रधान की जिम्मेवारी वड्डी जिम्मेवारी होंदी है, तो इस जिम्मेवारी तो पंजाब के लोग समझते हैं। तो पंजाब के मुद्दे अज जो नवजोत सिंह सिद्धू चुकते होंगे ने, तो वह मुद्दे अज लोग लैके उन्होंने घर के बाहर पहुँचे ने, हत्थां विच काले झंडे ने। तो उन्होंने गल भी करा जरूर कि अज इन्हों दी मंगा ने। अज हाँ जी सर की नाम है सब तो? मेरा नाम जी डॉक्टर हरप्रीत सिंह है जी। नवजोत सिंह सिद्धू के घर का घेराव किया जा रहा है, की कारण है, की मंगा ने तुहाडी? साडी जी असी मैरिटोरियल स्कूल अध्यापक यूनियन के मैंबर हाँ, मैरिटोरियल स्कूलों के पढ़ाने हैं। तो साडी सिर्फ इको एक मंग है सरकार तो कि सानू रेगूलर किया जाए। आ नोटिस है जी 2018 का, ये सानू भी क्लिक करने की ऑप्शन दी गई सी इसे सरकार वालों, असी क्लिक भी किया पर सानू रेगूलर नहीं किया गया। ਸਾਲਾਂ ਤੋਂ ਤੁਸੀਂ ਰੈਗੂਲਰ ਚੱਲ ਰਹੇ ਹੋ? ਅਸੀਂ ਜੀ 2014 ਤੋਂ ਹੀ ਇਹ ਭਰਤੀ ਜਦੋਂ ਦੇ ਸਕੂਲ ਸ਼ੁਰੂ ਹੋਏ ਆ ਉਦੋਂ ਤੋਂ ਹੀ ਅਸੀਂ ਕੱਚੇ ਰੱਖੇ ਹੋਏ ਆ, ਸਾਨੂੰ ਕੰਟਰੈਕਟ 'ਤੇ ਰੱਖਿਆ ਗਿਆ। ਅਤੇ ਹੁਣ ਹਾਲ ਇਹ ਹੋ ਗਿਆ ਕਿ ਮਹੀਨੇ ਮਹੀਨੇ ਦਾ ਕੰਟਰੈਕਟ ਵਧਾਇਆ ਜਾਂਦਾ, ਪਤਾ ਨਹੀਂ ਸਾਡਾ ਕੀ ਕਰਨਾ ਚਾਹੁੰਦੀ ਹੈ ਸਰਕਾਰ। ਸਾਡੇ ਨਾਲ ਧੱਕੇਸ਼ਾਹੀ ਵਾਲਾ ਰਵੱਈਆ ਕੀਤਾ ਜਾਂਦਾ ਹਮੇਸ਼ਾ। ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਹੋ, ਕੀ ਉਮੀਦ ਹੈ, ਲੱਗਦਾ ਕਿ ਤੁਹਾਡਾ ਜਿਹੜਾ ਮਸਲਾ ਹੱਲ ਹੋਏਗਾ? ਦੇਖੋ ਜੀ ਜਦੋਂ ਤੋਂ ਅਸੀਂ ਛੋਟੇ ਸੀ ਉਦੋਂ ਤੋਂ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਇਹ ਸਿਆਸਤ 'ਚ ਆਏ ਨੇ ਉਦੋਂ ਦਾ ਇੱਕ ਇਹਨਾਂ ਦਾ ਔਰਾ ਜਿਹੜਾ ਉਹ ਦੇਖਿਆ ਹੈ ਕਿ ਇਹ ਸੱਚ ਦੀ ਗੱਲ ਮੂਹਰੇ ਰੱਖ ਲੈਂਦੇ ਨੇ। ਸਾਡੀ ਆਸ ਇਹੀ ਹੈ ਕਿ ਸਾਡੀ ਜਿਹੜੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾ ਦੇਣਗੇ, ਅਸੀਂ ਇਸੇ ਲਈ ਆਏ। ਕੀ ਹੈ ਪੱਕਾ ਕੀਤਾ ਜਾਵੇ, ਤਨਖਾਹਾਂ ਵਧਾਈਆਂ ਜਾਣ, ਕੀ ਮੰਗਾਂ ਨੇ? ਸਾਨੂੰ ਤਨਖਾਹ ਦੀ ਕੋਈ ਗੱਲ ਨਹੀਂ ਜੀ, ਸਾਨੂੰ ਬਸ ਸਿਰਫ ਅਤੇ ਸਿਰਫ ਸਾਨੂੰ ਰੈਗੂਲਰ ਕੀਤਾ ਜਾਏ ਸਿੱਖਿਆ ਵਿਭਾਗ ਦੇ ਵਿੱਚ। ਸਾਢੇ 4 ਸਾਲ ਦਾ ਸਮਾਂ ਹੋ ਗਿਆ, ਹੁਣ ਸਰਕਾਰ ਜਾਣ ਵਾਲੀ ਹੈ ਅਤੇ ਤੁਹਾਡੀ ਮੰਗ ਹੈ ਜਿਹੜੀ ਪੂਰੀ ਹੋਏਗੀ? ਦੇਖੋ ਜੀ ਅਸੀਂ ਮੰਗ ਇਹ ਜਿਹੜੀ ਆ ਜਦੋਂ ਤੋਂ ਬਾਦਲ ਸਰਕਾਰ ਗਈ, ਈਵਨ ਬਾਦਲ ਸਰਕਾਰ ਵੇਲੇ ਵੀ ਕਰਦੇ ਰਹੇ ਹਾਂ, ਜਦੋਂ ਦੀ ਇਹ ਸਰਕਾਰ ਆਈ ਆ ਅਸੀਂ ਹਰ ਕਿਸੇ ਨੂੰ ਜਾ ਕੇ ਮਿਲੇ ਹਾਂ, ਸਿੱਖਿਆ ਸਕੱਤਰ ਨੂੰ, ਮੰਤਰੀਆਂ ਨੂੰ, ਸਭ ਨੂੰ ਜਾ ਕੇ ਮਿਲੇ ਹਾਂ। ਔਰ ਇਹ ਮੰਗ ਹੁਣ ਜਿਹੜੀ ਹੈ ਕਿਉਂਕਿ ਇਹ ਕਾਂਗਰਸ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਅਤੇ ਇਹਨਾਂ ਕੋਲ ਵੀ ਰੱਖਣਾ ਹੈ। ਬਿਲਕੁਲ, ਜੋ ਇੱਥੇ ਅਧਿਆਪਕ ਨੇ ਕੱਚੇ ਅਧਿਆਪਕ ਨੇ ਤਾਂ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦਾ ਕਹਿਣਾ ਕਿ ਉਹ 2014 ਤੋਂ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ, ਉਹਨਾਂ ਨੂੰ ਅੱਜ ਤੱਕ ਪੱਕਾ ਨਹੀਂ ਕੀਤਾ ਗਿਆ। ਉਹ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਨੇ, ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘੇਰਾਵ ਕੀਤਾ ਗਿਆ। ਹਾਲਾਂਕਿ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ, ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਪਰ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਦਾ ਇਸ ਵੇਲੇ ਦਾ ਮਾਹੌਲ ਹੈ ਜੋ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਨਹੀਂ ਸਨ, ਤਾਂ ਉਹਨਾਂ ਦੇ ਘਰ ਦੇ ਬਾਹਰ ਸੁਨਸਾਨ ਛਾਈ ਹੋਈ ਸੀ। ਤਾਂ ਉਸ ਤੋਂ ਬਾਅਦ ਹੁਣ ਅੱਜ ਨਵਜੋਤ ਸਿੰਘ ਸਿੱਧੂ ਤਾਂ ਪ੍ਰਧਾਨ ਬਣ ਗਏ ਨੇ, ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੇ ਘਰ ਦੇ ਬਾਹਰ ਜੋ ਪਹਿਲੇ ਰੌਣਕ ਪਲਟੀ ਸੀ, ਤਾਂ ਹੁਣ ਅੱਜ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਘਰ ਦਾ ਘੇਰਾਵ ਵੀ ਕੀਤਾ ਜਾ ਰਿਹਾ, ਹੁਣ ਉਹਨਾਂ ਦੇ ਖਿਲਾਫ਼ ਜੋ ਪ੍ਰਦਰਸ਼ਨ ਹੈ ਉਹ ਵੀ ਕੀਤਾ ਜਾ ਰਿਹਾ ਕਿ ਜਿੰਨੇ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਸੁਨਸਾਨ ਸੀ, ਤਾਂ ਹੁਣ ਅੱਜ ਜੋ ਉਹਨਾਂ ਦੇ ਘਰ ਦੇ ਬਾਹਰ ਲੋਕ ਨੇ, ਕੱਚੇ ਅਧਿਆਪਕ ਨੇ, ਧਰਨਾ ਲਗਾ ਕੇ ਬੈਠੇ ਨੇ। ਤਾਂ ਇੱਥੇ ਹੋਰ ਵੀ ਲੋਕ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਜ਼ਰੂਰ ਕਰਾਂਗੇ। ਇੱਥੇ ਮਹਿਲਾ ਅਧਿਆਪਕ ਨੇ, ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਮੈਮ, ਕੀ ਨਾਮ? ਮੇਰਾ ਨਾਮ ਕਮਲਪ੍ਰੀਤ ਕੌਰ ਹੈ ਔਰ ਮੈਂ ਮੈਰੀਟੋਰੀਅਸ ਅੰਮ੍ਰਿਤਸਰ ਵਿੱਚ ਕਾਮਰਸ ਲੈਕਚਰ। ਕਿੰਨੇ ਸਾਲਾਂ ਤੋਂ ਤੁਸੀਂ ਕੱਚੇ ਤੌਰ 'ਤੇ ਕੰਮ ਕਰ ਰਹੇ ਹੋ ਅਤੇ ਅੱਜ? 7 ਸਾਲ ਤੋਂ, 2014 ਤੋਂ ਅਸੀਂ ਕੰਟਰੈਕਟ ਉੱਤੇ ਕੰਮ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਹੋ, ਕੀ ਕਾਰਨ ਹੈ? ਪੱਕਾ ਕਰਨ ਦੀ ਉਮੀਦ ਨਾਲ ਆਏ ਹੋ, ਪਰ ਲੱਗਦਾ ਕਿ ਤੁਹਾਡੀ ਮੰਗ ਪੂਰੀ ਹੋਏ? ਸੋ ਉਮੀਦ ਤਾਂ ਅਸੀਂ ਇਸੇ ਨਾਲ ਹੀ ਆਏ ਹਾਂ ਕਿ ਸਾਡੀ ਮੰਗ ਪੂਰੀ ਹੋਵੇ, ਸੋ ਆਸ ਤਾਂ ਅਸੀਂ ਇਹੀ ਰੱਖਦੇ ਹਾਂ ਕਿ ਸਾਡੀ ਮੰਗ ਪੂਰੀ ਕੀਤੀ ਜਾਵੇ। ਬਟ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਦੋਂ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਸੋ ਸਾਡੀ ਮੰਗ ਇੱਕ ਹੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਤਾਂ ਕਿਉਂ ਨਹੀਂ ਜਾ ਰਿਹਾ? ਇੰਨੇ ਲੰਮਾ ਸਮਾਂ ਤੁਸੀਂ ਸਰਕਾਰ ਨੂੰ ਸੂਬੇ ਲਈ ਦਿੱਤਾ, ਤਾਂ ਅੱਜ ਵੀ ਤੁਸੀਂ ਕੱਚੇ ਤੌਰ 'ਤੇ ਕੰਮ ਕਰ ਰਹੇ? ਸਰ ਅਸੀਂ ਵੱਖ ਵੱਖ ਮੰਤਰੀਆਂ ਨੂੰ ਵੀ ਮਿਲੇ, MLAs ਨੂੰ ਵੀ ਆਪਣੇ ਇਲਾਕਿਆਂ ਦਿਆਂ ਨੂੰ ਮਿਲੇ ਹਾਂ, ਪਰ ਸਾਰਿਆਂ ਦੀ ਇਹੀ ਹੋ ਕਿ ਕਰ ਦਿੰਦੇ ਲਾਰਿਆਂ ਦੇ ਜੋ ਸਰਕਾਰ ਦਾ ਤਾਂ ਕੰਮ ਹੁੰਦਾ ਉਹੀ ਕੀਤਾ ਜਾ ਰਿਹਾ ਸਾਡੇ ਨਾਲ ਬਾਰ ਬਾਰ। ਚਲੋ, ਬੈਰੀਕੇਡਿੰਗ ਕੀਤੀ ਗਈ, ਤੁਹਾਨੂੰ ਰੋਕਿਆ ਜਾ? ਹਾਂਜੀ ਜੀ, ਅਸੀਂ ਕਾਨੂੰਨ ਦੀ ਪੂਰੀ ਪਾਲਣਾ ਕਰਾਂਗੇ। ਅਸੀਂ ਇਹ ਨਹੀਂ ਕਿ ਅਸੀਂ ਕਾਨੂੰਨ ਨਾਲ ਉਲਝਣ ਨਹੀਂ ਆਏ, ਅਸੀਂ ਆਪਣੀ ਮੰਗ ਮਨਾਉਣ ਆਏ ਹਾਂ।
ਸੋ ਅਸੀਂ ਆਪਣੀ ਮੰਗ ਲਈ ਲੜਾਂਗੇ। ਕਾਨੂੰਨ ਦੇ ਨਾਲ ਲੜਨ ਦਾ ਸਾਡਾ ਕੋਈ ਮਤਲਬ ਨਹੀਂ ਹੈ। ਨਵਜੋਤ ਸਿੰਘ ਸਿੱਧੂ ਦੇ ਕਿਸੇ ਆਗੂ ਨਾਲ ਜਾਂ ਪਾਰਟੀ ਵਰਕਰ ਨਾਲ ਤੁਹਾਡੀ ਗੱਲ ਹੋਈ ਹੈ ਹੁਣ ਤੱਕ? ਉਹਨਾਂ ਦੇ ਪੀਏ ਸਾਹਿਬ ਆਏ ਸੀਗੇ, ਉਹਨਾਂ ਦੇ ਨਾਲ ਗੱਲ ਹੋਈ ਹੈ, ਬਟ ਜਿੰਨੀ ਦੇਰ ਤੱਕ ਉਹ ਸਾਨੂੰ ਰਿਟਨ ਵਿੱਚ ਲਿਖ ਕੇ ਨਹੀਂ ਦਿੰਦੇ ਕਿ ਸਾਡੀ ਮੀਟਿੰਗ ਕਿਸ ਦਿਨ ਫਿਕਸ ਕੀਤੀ ਗਈ, ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ। ਤਾਂ ਚੰਡੀਗੜ੍ਹ ਵੀ ਅਸੀਂ ਦੇਖਿਆ ਪਹਿਲੇ ਕਿ ਅਧਿਆਪਕਾਂ ਨਾਲ ਫਿਕਸ ਕੀਤੀਆਂ ਗਈਆਂ, ਪਰ ਕੀ ਮਸਲੇ ਦਾ ਹੱਲ ਨਿਕਲੇਗਾ? ਤੁਹਾਨੂੰ ਲੱਗਦਾ ਕਿ ਤੁਹਾਨੂੰ ਪੱਕਾ ਕਰਨਗੇ ਮੀਟਿੰਗ ਦੇ ਨਾਲ ਕਿ ਸੰਤੁਸ਼ਟ ਹੋ ਜਾਓਗੇ? ਸੋ ਜੀ, ਆਸ ਤੇ ਅਸੀਂ ਇਹੀ ਰੱਖਦੇ ਹਾਂ ਕਿ ਸਰਕਾਰ ਸਾਨੂੰ ਪੱਕੇ ਕੀਤਾ ਜਾਵੇ। ਸੋ ਅਸੀਂ ਆਸ ਤੇ ਆਏ ਹਾਂ, ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਾਹਿਬ ਪ੍ਰਧਾਨ ਜੀ ਬਣੇ ਆ, ਸਾਡੀ ਆਸ ਪੂਰ ਪਾਣਗੇ ਉਹ। ਮੰਗ ਨਹੀਂ ਮੰਨੀ ਜਾਏਗੀ ਤੇ ਕੀ ਕਰੋਗੇ, ਅਗਲਾ ਕਦਮ ਕੀ? ਸਾਡਾ ਅਸੀਂ ਇੱਥੇ ਹੀ ਬੈਠੇ ਧਰਨਾ ਦੇਵਾਂਗੇ, ਇੱਥੇ ਨਹੀਂ ਤੇ ਅਸੀਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਘਿਰਾਓ ਕਰਾਂਗੇ ਬਸ। ਬਿਲਕੁਲ, ਜੋ ਲੋਕ ਨੇ ਉਹਨਾਂ ਦਾ ਕਹਿਣਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਤਦ ਤੱਕ ਉਹਨਾਂ ਵੱਲੋਂ ਜੋ ਪ੍ਰਦਰਸ਼ਨ ਹੈ ਉਹ ਸੰਘਰਸ਼ ਹੈ ਉਹ ਲਗਾਤਾਰ ਕੀਤਾ ਜਾਏਗਾ। ਅੱਜ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ, ਰਿਹਾਇਸ਼ ਦੇ ਬਾਹਰ ਉਹਨਾਂ ਵੱਲੋਂ ਘਿਰਾਵ ਕੀਤਾ ਜਾ ਰਿਹਾ, ਤਾਂ ਉਹਨਾਂ ਦਾ ਕਹਿਣਾ ਕਿ ਜੇ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਸਮੇਂ 'ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਜਾ ਕੇ ਪ੍ਰਦਰਸ਼ਨ ਕਰਨਗੇ। ਅਤੇ ਤਸਵੀਰਾਂ ਇੱਕ ਵਾਰੀ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਸਾਂਝੀਆਂ ਕੀਤੀਆਂ ਜਾਣ ਕਿ ਅੱਜ ਇਹਨਾਂ ਦੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਜੋ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ, ਤਾਂ ਪੁਲਿਸ ਬਲ ਵੀ ਇੱਥੇ ਮੌਜੂਦ ਹੈ, ਤਾਂ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਇਹਨਾਂ ਨਾਲ ਕਿਸ ਤਰੀਕੇ ਨਾਲ ਇਹਨਾਂ ਨੂੰ ਰੋਕਿਆ ਜਾ ਰਿਹਾ। ਹਾਂਜੀ ਮੈਮ, ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਧੂ ਦੇ ਘਰ ਦੇ ਬਾਹਰ, ਬੈਰੀਕੇਡਿੰਗ ਰੋਕਿਆ ਜਾ ਰਿਹਾ। ਪੀਸਫੁਲੀ ਕਰ ਰਹੇ ਆ ਬਸ ਪ੍ਰੋਟੈਸਟ, ਪਰ ਸਾਡੀ ਪੂਰੀ ਸਿਕਿਉਰਿਟੀ ਪੂਰੀ ਆ, ਅਸੀਂ ਪੂਰਾ ਧਿਆਨ ਰੱਖ ਰਹੇ ਹਾਂ ਵੀ ਕੱਲ੍ਹ ਕੋਈ ਇਹੋ ਜਿਹੀ ਘਟਨਾ ਨਾ ਹੋ ਜਾਵੇ, ਅਸੀਂ ਪ੍ਰਪੇਅਰ ਹਾਂ। ਮੰਗ ਕੀ ਹੈ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਹੁੰਚਣਾ, ਕਿ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ, ਕੀ ਕਿਹਾ ਜਾ ਰਿਹਾ? ਹਾਂਜੀ, ਇਹ ਕਹਿੰਦੇ ਸਾਨੂੰ ਇੱਕ ਟੇਬਲ ਮੀਟਿੰਗ ਚਾਹੀਦੀ ਹੈ ਸਿੱਧੂ ਸਰ ਨੂੰ, ਅਤੇ ਉਹਦੇ ਕਰਕੇ ਕਹਿ ਰਹੇ ਸਾਨੂੰ ਰਿਟਰਨ 'ਚ ਕਹੋ, ਉਹਦੀ ਇਹੀ ਮੰਗ ਆ, ਹੁਣ ਕਰ ਰਹੇ ਹੋ ਗੱਲ ਕਰ ਲਈ ਹੈ ਤੁਸੀਂ? ਹਾਂਜੀ, ਗੱਲ ਹੋ ਗਈ ਆ, ਉਹ ਲੈਣ ਗਏ ਆ ਸਿੱਧੂ ਸਰ ਤੋਂ, ਟਾਈਮ ਲੈ ਕੇ ਦੱਸ ਦਿੰਦੇ ਉਹਨਾਂ ਨੂੰ, ਉਹ ਕਹਿ ਰਹੇ ਸੀ ਨੈਕਸਟ ਵੀਕ ਦਾ, ਬਟ ਇਹ ਕਹਿੰਦੇ ਸਾਨੂੰ ਰਿਟਰਨ 'ਚ ਚਾਹੀਦਾ। ਧਰਨਾ ਚੁਕਾ ਦਿੱਤਾ ਜਾਏਗਾ ਕਿ ਲੱਗਾ ਰਹਿਣ ਦਿੱਤਾ ਜਾਏਗਾ, ਕਿਉਂਕਿ ਬੈਠੇ ਨੇ ਸ਼ਾਂਤੀਪੂਰਵਕ? ਬਿਲਕੁਲ, ਇਹਨਾਂ ਦੀ ਮੰਗ ਪੂਰੀ ਹੋ ਗਈ ਤਾਂ ਨੈਚੁਰਲੀ ਇਹ ਚੱਕ ਲੈਣਗੇ ਆਪੇ, ਪੀਸਫੁਲੀ ਕਰ ਰਹੇ ਆ। ਇਹਨਾਂ ਵੱਲੋਂ ਅੱਗੇ ਵਧਿਆ ਜਾਏਗਾ ਤਾਂ ਪੁਲਿਸ ਰੋਕੇਗੀ? ਹਾਂਜੀ, ਪੁਲਿਸ ਰੋਕੇਗੀ। ਬਿਲਕੁਲ, ਇਹਨਾਂ ਵੱਲੋਂ ਕਿਹਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਜਦ ਤੱਕ ਆਰਾਮ ਨਾਲ ਬੈਠੇ ਨੇ, ਸ਼ਾਂਤੀਪੂਰਵਕ ਆਪਣਾ ਧਰਨਾ ਦੇ ਰਹੇ ਨੇ, ਤਾਂ ਇਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ, ਅਤੇ ਜੇ ਇਹ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਅੱਗੇ ਵਧਣਗੇ ਤਾਂ ਇਹਨਾਂ ਨੂੰ ਰੋਕਿਆ ਵੀ ਜ਼ਰੂਰ ਜਾਏਗਾ, ਤਾਂ ਮੰਗਾਂ ਇਹਨਾਂ ਦੀਆਂ ਨੇ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ। ਤਾਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਇਹਨਾਂ ਵੱਲੋਂ ਜੋ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨਾ ਲਗਾਇਆ ਗਿਆ, ਤਾਂ ਨਵਜੋਤ ਸਿੰਘ ਸਿੱਧੂ ਕੋਲ ਟਾਈਮ ਮੰਗਿਆ ਗਿਆ, ਟੇਬਲ ਮੀਟਿੰਗ ਇਹਨਾਂ ਦੀ ਮੰਗ ਹੈ। ਜਦ ਤੱਕ ਇਹਨਾਂ ਦੀ ਮੰਗ ਨਹੀਂ ਪੂਰੀ ਹੁੰਦੀ ਜਾਂ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਨਾਲ ਬੈਠ ਕੇ ਗੱਲ ਨਹੀਂ ਕਰਦੇ, ਤਦ ਤੱਕ ਇਹਨਾਂ ਦਾ ਧਰਨਾ ਇੰਜ ਹੀ ਜਾਰੀ ਰਹੇਗਾ। ਕੈਮਰਾਮੈਨ ਸਾਹਿਲ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ, ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ, ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।